ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਮਹਿੰਦਰਜੀਤ ਸਿੰਘ ਤੁਸੀਂ ਦੇਖ ਰਹੇ ਹੋ ਟੂਰਿਸਟਸ ਇੰਡੀਆ ਇੰਸਟਾਗ੍ਰam ਫੇਸਬੁਕ ਤੇ YouTube ਚੈਨਲ ਦੋਸਤੋ ਆਪਣੀ ਇਹ ਵੀਡੀਓ ਹੁੰਦੀ ਹੈ Q&A ਯਾਨੀ ਕਿ ਕੁਐਸਚਨ ਤੇ ਆਨਸਰ ਤੁਸੀਂ ਕਮੈਂਟ ਦੇ ਰੂਪ ਦੇ ਵਿੱਚ ਮੈਨੂੰ ਸਵਾਲ ਕਰਦੇ ਹੋ ਤੇ ਮੈਂ ਤੁਹਾਡੇ ਸਾਰੇ ਸਵਾਲਾਂ ਦਾ ਜਵਾਬ ਇਸ ਵੀਡੀਓ ਚ ਦੇਣਾ ਹੁੰਦਾ ਸੋ ਆਓ ਸ਼ੁਰੂ ਕਰਦੇ ਹਾਂ ਅੱਜ ਦਾ Q&A ਸਭ ਤੋਂ ਪਹਿਲਾ ਕਮੈਂਟ ਹੈ ਜੀ ਉਮੇਰ ਆਜ਼ਮ ਦਾ ਸਾਡੀ ਵੀਡੀਓ ਸੀ ਕਿ ਕਿ ਕੌਣ ਤਗਾਂਗੇ 올ਡ ਫਾਈਲ ਦੇ ਰਿਜ਼ਲਟ ਉਹਦੇ ਕਮੈਂਟ ਕਰਦੇ ਨੇ ਜੀ ਵੈਰੀ ਨਾਈਸ ਵੀਡੀਓ ਥੈਂਕ ਯੂ ਵੈਰੀ ਮੱਚ ਸਾਡਾ ਫਰਜ਼ ਹੁੰਦਾ ਹੈ ਅਸੀਂ ਹਮੇਸ਼ਾ ਤੁਹਾਨੂੰ ਗਾਈਡ ਕਰਦੇ ਹਾਂ ਕਿ ਕੀ ਹੋ ਰਿਹਾ ਇਸ ਟਾਈਮ ਕੀ ਹੋਣ ਵਾਲਾ ਹੈ ਕਿਵੇਂ ਤੁਹਾਡੇ ਰਿਜ਼ਲਟ ਆ ਰਹੇ ਨੇ ਕਿਵੇਂ ਆਣਗੇ ਸੋ ਤੁਸੀਂ ਅਪਰੀਸ਼ੀਏਟ ਕਰਦੇ ਹੋ ਬਹੁਤ ਧੰਨਵਾਦ ਤੁਹਾਡਾ ਅਗਲਾ ਕਮੈਂਟ ਹੈ ਜੀ ਅਰਪਣਦੀਪ ਦਾ ਲਿਖਦੇ ਨੇ ਸਰ ਮੇਰੀ ਏਜ 18 ਹੈ ਸਿਸਟਰ ਪੀ ਆਰ ਐ ਮੈਨੂੰ ਬਰਥਡੇ ਪਾਰਟੀ ਚ ਬੁਲਾ ਸਕਦੇ ਨੇ ਬਿਲਕੁਲ ਬਲਾ ਸਕਦੇ ਨੇ ਜੀ ਦੇਖੋ ਟੁੱਡੀ ਉਮਰ 18 ਸਾਲ ਹੈ ਹੋ ਸਕਦਾ ਪਰ ਤੁਹਾਡੇ ਕੋਲ ਕੋਈ ਇਨਕਮ ਦਾ ਪ੍ਰੂਫ ਨਾ ਹੋਵੇ ਤੁਹਾਡੇ ਕੋਲ ਕੋ ਕੰਮ ਹੋਣਾ ਚਾਹੀਦਾ ਕੋਈ ਜਾਂ ਤਾਂ ਤੁਸੀਂ ਸਟੂਡੈਂਟ ਹੋਣੇ ਚਾਹੀਦੇ ਹੋ ਜੇ 18 ਸਾਲ ਉਮਰ ਹੈ ਜਾਂ ਫਿਰ ਤੁਸੀਂ ਇਕੱਲੇ ਨਾ ਅਪਲਾਈ ਕਰੋ ਆਪਣੇ ਫਾਦਰ ਮਾਦਰ ਨਾਲ ਅਪਲਾਈ ਕਰਿਓ ਵੀਜ਼ਾ ਲੱਗ ਸਕਦਾ ਹੈ ਦੀਪ ਕਾਲੋਂ ਦਾ ਅਗਲਾ ਕਮੈਂਟ ਹੈ ਲਿਖਦੇ ਨੇ ਸੱਸੇ ਕਲਪਾ ਜੀ ਮੈਂ ਕਵੈਦ ਵਿੱਚਾਂ ਐਜ਼ ਅ ਡਰਾਈਵਰ ਜੌਬ ਕਰ ਰਿਹਾ ਜੀ ਮੇਰਾ ਕਜ਼ਨ ਪੀਆਰ ਹੈ ਕੈਨੇਡਾ ਚ ਉਹ ਮੈਨੂੰ ਸਪான்ਸਰ ਭੇਜ ਰਹੇ ਨੇ ਮੇਰੇ ਇੰਡੀਆ ਅਕਾਊਂਟ ਚ 5 ਤੋਂ 6 ਲੱਖ ਦੀ ਬੈਲੈਂਸ ਹੈਗਾ ਜੀ ਐਂਡ ਇਥੋਂ ਦੀ ਸੈਲਰੀ ਸਟੇਟਮੈਂਟ ਵੀ ਹੈਗੀਆਂ ਨੇ ਐਂਡ ਆਲਸੋ ਸੈਲਰੀ ਸਲਿੱਪ ਬਟ ਮੈਨੂੰ ਹਲੇ ਇੱਥੇ ਆਏ 4 ਮਹੀਨੇ ਹੋਏ ਨੇ ਤੇ ਮੇਰਾ ਵੀਜ਼ਾ ਵੀ ਐਕਸਪਾਇਰ ਹੋਣ ਵਾਲਾ ਹੈ ਇਥੋਂ ਦੀ ਅਪ੍ਰੈਲ ਤੱਕ ਹੀ ਇੱਕ ਕੀ ਮੈਂ ਹੁਣ ਅਪਲਾਈ ਕਰਾਂ ਤੇ ਕਿੰਨੇ ਪਰਸੈਂਟ ਚਾਂਸਸ ਨੇ ਵੀਜ਼ਾ ਮਿਲ ਜਾਣਗੇ ਜੀ ਮੈਂ ਆਪਣਾ ਇਥੋਂ ਦਾ ਕੰਟਰੈਕਟ ਨਿਊ ਕਰਕੇ ਅਪ੍ਰੈਲ ਮੰਥ ਦੇ ਵਿੱਚ ਫਿਰ ਅਪਲਾਈ ਕਰਾਂ ਪਲੀਜ਼ ਮੈਨੂੰ ਦੱਸਿਓ ਦੀਪ ਕਾਲੋਂ ਜੇ ਤੁਸੀਂ ਬਾਹਰ ਹੋਣਾ ਦਾ ਤੁਹਾਡੇ ਘਟੂ ਘਟ 6 ਸੈਲਰੀਆਂ ਤੁਹਾਡੇ ਅਕਾਊਂਟ ਚ ਆਣੀ ਆ ਚਾਹੀਦੀਆਂ ਨੇ ਜੇ ਲਾਸਟ 6 ਸੈਲਰੀ ਤੁਹਾਡੇ ਖਾਣ ਚ ਆਈ ਹੋਈ ਹੈ ਤਾਂ ਤੁਸੀਂ ਅਪਲਾਈ ਕਰ ਸਕਦੇ ਹੋ ਤੁਹਾਡਾ ਕਜ਼ਨ ਉੱਥੇ ਹੈਗਾ ਪੀਆਰ ਹੈ ਤੁਹਾਡੇ ਵਾਸਤੇ ਪਾਸਪੁਆਇੰਟ ਹੈ ਸੋ ਜਿੱਥੇ ਤੁਸੀਂ ਹੈਗੇ ਹੋ ਕੁਵੈਤ ਦੇ ਵਿੱਚ ਹੈਗੇ ਹੋ ਤਾਂ ਉਰੇ ਵੀ ਤੁਹਾਡਾ ਇਨਕਮ ਦਾ ਸਾਧਨ ਵਧੀਆ ਹੋਣਾ ਚਾਹੀਦਾ ਜੇ ਤੁਹਾਡੀ ਸੈਲਰੀ 50000 ਦੇ ਆਸ-ਪਾਸ ਹੈਗੀ ਹੈ ਤੁਸੀਂ ਅਪਲਾਈ ਕਰ ਸਕਦੇ ਹੈਗੇ ਹੋ ਕਿਉਂਕਿ ਜਿਹੜਾ ਵੀਜ਼ਾ ਹੈ ਉਹ ਤੁਹਾਡੀ ਪ੍ਰੋਫਾਈਲ ਤੇ ਲੱਗਣਾ ਹੈ ਮੈਸੇਜ ਨੇ ਤੁਹਾਡੀ ਪ੍ਰੋਫਾਈਲ ਦੇਖਣੀ ਹੈ ਸੋ ਤੁਹਾਡਾ ਬੈਲੈਂਸ ਵੀ ਵਧੀਆ ਹੈਗਾ ਪਰ ਤੁਹਾਨੂੰ ਆਇਆ ਨਾ ਥੋੜਾ ਘੱਟ ਆਇਆ ਹੋਆ ਥੋੜਾ ਜਿਹਾ ਹੋਰ ਰੁਕਜੋ 6 ਮਨਥ ਬਾਅਦ ਜਿਹੜਾ ਤੁਸੀਂ ਅਪਲਾਈ ਕਰ ਸਕਦੇ ਹੈਗੇ ਹੋ ਜੀ ਗਣੇਸ਼ ਫਾਈਨਾਂਸ ਲਿਖਦੇ ਨੇ ਅ ਸਰ ਜੀ ਮੇਰੀ ਵਾਈਫ ਨੂੰ ਪ੍ਰਿੰਸੀਪਲ ਐਪਲੀਕੇਟ ਬਣਾ ਦਿੱਤਾ ਤੇ ਕੋਕੇ ਇਹ ਕਹਿੰਦੇ ਜੀ ਬਟ ਆਈ ਐਮ ਪ੍ਰਿੰਸੀਪਲ ਐਪਲੀਕੇਟ ਦੇਖੋ ਇਸ ਤਰ੍ਹਾਂ ਦਾ ਕੁਝ ਨਹੀਂ ਹੁੰਦਾ ਜੀ ਸਾਡੇ ਤੋਂ ਜੋ ਬੈਸਟ ਹੁੰਦਾ ਹੈਗਾ ਜੋ ਬੈਸਟ ਚੀਜ਼ ਹੈਗੀ ਹੈ ਅਸੀਂ ਉਹ ਹੀ ਅਪਲਾਈ ਕਰਦੇ ਹਾਂ ਕਈ ਵਾਰ ਤੁਹਾਡੇ ਚਾਂਸਸ ਹੁੰਦੇ ਨੇ ਜਾਂ ਤੁਹਾਡੀ ਵਾਈਫ ਦੇ ਹੁੰਦੇ ਨੇ ਮੈਂ ਚੈੱਕ ਕਰ ਲਵਾਂ ਨਾ ਵੀ ਕੌਣ ਜਿਹੜਾ ਹੈਗਾ ਮੇਨ ਐਪਲੀਕੈਂਟ ਹੈ ਐਦਾਂ ਦੀ ਕੋਈ ਪ੍ਰੋਬਲਮ ਨਹੀਂ ਹੁੰਦੀ ਜਿਹੜੀ ਜਿਹੜੀ ਫਾਈਲ ਤੁਹਾਡੀ ਉਹ ਜੁਆਇੰਟਲੀ ਜਾਂਦੀ ਹੈਗੀ ਹੈ ਔਰ ਅੰਬੈਸੀ ਨੇ ਜਿਹੜੀ ਤੁਹਾਡੀ ਇਨਕਮ ਹੈ ਉਹ ਪੂਰੀ ਫੈਮਿਲੀ ਦੀ ਕਾਊਂਟ ਕਰਨੀ ਹੁੰਦੀ ਹੈ ਭਾਵੇਂ ਐਪਲੀਕੈਂਟ ਤੁਸੀਂ ਹੋ ਇਆ ਤੁਹਾਡੀ ਵਾਈਫ ਨੇ ਪਰ ਜਦੋਂ ਤੁਹਾਡੀ ਜਿਹੜੀ ਫਾਈਲ ਹੈ ਜੁਆਇੰਟਲੀ ਲੱਗੀ ਹੁੰਦੀ ਹੈ ਫੈਮਿਲੀ ਦੇ ਨਾਲ ਫਾਈਲ ਲੱਗੀ ਹੁੰਦੀ ਹੈ ਉਹਦੇ ਵਿੱਚ ਕੀ ਹੁੰਦਾ ਕਿ ਜਿਹੜਾ ਤੁਹਾਡਾ ਇਨਕਮ ਹੈ ਉਹ ਤੁਹਾਡੀ ਜੁਆਇੰਟਲੀ ਇਨਕਮ ਹੁੰਦੀ ਹੈ ਪ੍ਰਾਪਰਟੀ ਤੁਹਾਡੀ ਜੁਆਇੰਟਲੀ ਅਸੈਸ ਹੁੰਦੀ ਹੈਗੀ ਹੈ ਸਾਰਾ ਕੁਝ ਜਿਹੜਾ ਤੁਹਾਡਾ ਉਹ ਜੁਆਇੰਟਲੀ ਹੁੰਦਾ ਹੈ ਫਾਈਲ ਪਹਿਲਾਂ ਤੁਹਾਡੀ ਲੱਗੀ ਹੋਵੇ ਜਾਂ ਤੁਹਾਡੀ ਵਾਈਫ ਦੀ ਲੱਗੀ ਹੋਵੇ ਉਸ ਨਾਲ ਕੋਈ ਬਾਲਾ ਜਿਹੜਾ ਫਰਕ ਨਹੀਂ ਪੈਂਦਾ ਸੋ ਜੇਕਰ ਤੁਹਾਡੀ ਪ੍ਰੋਫਾਈਲ ਵਧੀਆ ਆਪਾਂ ਮੈਂ ਤੁਹਾਡੀ ਵਧੀਆ ਹੋਵੇ ਤੁਹਾਡੀ ਵਾਈਫ ਦੀ ਵਧੀਆ ਹੋਵੇ ਵੀਜ਼ਾ ਦੋਨਾਂ ਦਾ ਆ ਸਕਦਾ ਜੀ ਗਿੱਪੀ ਰਾਏ ਕੋਟੀ ਲਿਖਦੇ ਨੇ ਸਰ ਮੇਰਾ ਬਾਇਓਮੈਟ੍ਰਿਕ 20 ਅਕਤੂਬਰ ਨੂੰ ਹੋ ਚੁੱਕੇ ਨੇ ਮੈਨੂੰ ਮੇਲ ਪਵਾਉਣੀ ਚਾਹੀਦੀ ਏ ਕਿ ਨਹੀਂ ਹਲੇ ਨਾ ਪਵਾਓ ਜੀ ਹਲੇ ਤਾਂ 20 ਅਕਤੂਬਰ ਨੂੰ ਹੋਏ ਨੇ ਜਨਵਰੀ ਤੱਕ ਜਿਹੜਾ ਹੈਗਾ ਤੁਹਾਡਾ ਰਿਜ਼ਲਟ ਉਹ ਆ ਸਕਦਾ ਜੀ ਹਰਦੇਸ਼ ਰੋਮਲੇ ਲਿਖਦੇ ਨੇ ਪਾਜੀ ਹੁਣ ਕੈਨੇਡਾ ਲਈ ਟੂਰਿਸਟ ਵੀਜ਼ਾ ਫਾਈਲ ਕਰ ਸਕਦੇ ਹਨ ਬੰਦ ਤੇ ਨਹੀਂ ਹੋਇਆ ਫਲਾਈਟਸ ਨਹੀਂ ਹਲੇ ਨਹੀਂ ਹਲੇ ਫਲਾਈਟ ਜਿਹੜੀ ਹੈਗੀ ਉਹ ਬੰਦ ਨਹੀਂ ਹੈਗੀਆਂ ਜੀ ਨਾ ਤਾਂ ਕੈਨੇਡਾ ਵਾਸਤੇ ਫਲਾਈਟ ਬੰਦ ਨੇ ਤੇ ਨਾ ਹੀ ਕੈਨੇਡਾ ਵਾਸਤੇ ਜਿਹੜੀਆਂ ਅੰਬੈਸੀ ਨੇ ਫਾਈਲਾਂ ਲੈਣੀਆਂ ਬੰਦ ਕੀਤੀਆਂ ਨੇ ਸੋ ਤੁਸੀਂ ਅਪਲਾਈ ਕਰ ਸਕਦੇ ਹੋ ਤੇ ਵੀਜ਼ੇ ਵੀ ਆ ਰਹੇ ਨੇ ਤੁਸੀਂ ਵੀਜ਼ਾ ਵੀ ਲੈ ਸਕਦੇ ਹੋ ਹਰਿੰਦਰ ਗਰ ਵਾਲਾ ਲਿਖਦੇ ਨੇ ਵੀਰ ਜੀ ਮੇਰੀ ਵਿਸਟਰ ਵੀਜ਼ਾ ਦੀ ਬਾਇਓਮੈਟ੍ਰਿਕ 9 ਨਵੰਬਰ ਦੀ ਸੀ ਪਰ ਅਜੇ ਤੱਕ ਰਿਵਰਟ ਨਹੀਂ ਆਇਆ ਹੋਟਲ ਬੁਕਿੰਗ ਜਨਵਰੀ 12 ਡੇਟ دی ਹੈ ਆਪਣਾ بزنس ਸ਼ੋ ਕੀਤਾ ਹੈ ਬੈਂਕ ਸਟੇਟਮੈਂਟ 3.75 ਲੱਖ ਦੀ ਹੈਗੀ ਹੈ ਮੇਰੀ ਆਪਣੀ ਪ੍ਰਾਪਰਟੀ ਦੀ ਵੈਲਿਊ 60 ਲੱਖ ਦੀ ਹੈ ਤੇ ਫਾਦਰ ਸਾਹਿਬ ਦੀ 1 ਕਰੋੜ 45 ਲੱਖ ਦੀ ਹੈ 1 ਲੱਖ ਕੈਸ਼ ਇਨ ਹੈਂਡ ਸ਼ੋ ਕੀਤਾ ਹੈ ਫਾਈਲ ਅਜੇ ਵੀ ਪ੍ਰੋਸੈਸ ਹੈ 9 ਨਵੰਬਰ ਨੂੰ ਲੱਗੀ ਹੈ ਜੀ ਦਸੰਬਰ ਚ ਰਿਜ਼ਲਟ ਆਣਾ ਸੀ ਨਹੀਂ ਆਇਆ ਉਸ ਕੋ ਜਨਵਰੀ ਚ ਰਿਜ਼ਲਟ ਜਿਹੜਾ ਉਹ ਆ ਸਕਦਾ ਹੈ ਤੁਹਾਡਾ ਵੇਟ ਕਰੋ ਜੀ ਹਲੇ ਅਗਲਾ ਕਮੈਂਟ ਹੈ ਜੀ 임ਰਾਨ ਕਬੀਸ਼ਾ ਦਾ ਲਿਖਦੇ ਨੇ ਸਰ 21 ਦਸੰਬਰ ਕੋ ਮੇਰੀ ਫੈਮਲੀ ਕੇ ਬਾਇਓਮੈਟ੍ਰਿਕ ਹੋ ਗਈ ਬਟ ਮੇਰੀ ਮਦਰ ਕੇ ਸਟੇਟਸ ਪੀਆਰ ਯੂਰ ਐਕਸ਼ਨ ਰਿਕੁਆਇਰਡ ਯੂਰ ਐਕਸ਼ਨ ਰਿਕੁਆਇਰਡ ਆ ਰਹਾ ਹੈ ਤੋ ਬਤਾ ਦਿਜੀਏ ਕੀ ਕਰੂੰ ਬ੍ਰਦਰੇ ਦੇਖਣੀ ਪਏਗੀ ਵੀ ਪ੍ਰੋਬਲਮ ਕੀ ਹੈ ਇਹਦਾ ਤੁਸੀਂ ਸਾਡੇ ਨਾਲ ਆਪਣੀ ਜੀਸੀ ਕੀ ਸ਼ੇਅਰ ਕਰ ਲਿਓ ਠੀਕ ਹੈ ਜੀ ਇਹ ਤੁਸੀਂ ਆਪਣਾ ਪਾਸਪੋਰਟ ਤੇ ਪਾਸਵਰਡ ਤੇ ਯੂਜ਼ਰ ਆਈਡੀ ਸਾਨੂੰ ਦੇ ਦਿਓ ਅਸੀਂ ਚੈੱਕ ਕਰਕੇ ਦੱਸ ਸਕਦੇ ਹਾਂ ਕਿਉਂਕਿ ਐਵੇਂ ਪਤਾ ਨਹੀਂ ਲੱਗਦਾ ਕਿ ਕਿੱਥੇ ਪ੍ਰੋਬਲਮ ਹੈਗੀ ਹੈ ਸੋ ਸਾਨੂੰ ਚੈੱਕ ਕਰਨੀ ਪੈਗੀ ਉਸ ਤੋਂ ਬਾਅਦ ਹੀ ਅਸੀਂ ਤੁਹਾਨੂੰ ਕੁਝ ਦੱਸ ਸਕਦੇ ਹਾਂ ਜੀ ਜਗਰਾਤ ਸਿੰਘ ਬੁੱਟਰ ਲਿਖ ਦਿੰਨੇ ਹੈਲੋ ਸਰ ਮੈਂ ਆਰਮੀ ਵਿੱਚੋਂ ਰਿਟਾਇਰ ਹਾਂ ਜੀ ਮੇਰਾ ਵੀਜ਼ਾ ਲੱਗ ਸਕਦਾ ਹੈ ਮੈਂ ਜਗਰਾਜ ਬੁੱਟਰ ਫਿਰੋਜ਼ਪੁਰ ਤੋਂ ਜਗਰਾਜ ਜੀ ਜਿਹੜੇ ਆਰਮੀ ਵਾਲੇ ਹੁੰਦੇ ਨੇ ਵੀਜ਼ਾ ਲੱਗ ਜਾਂਦਾ ਹੈਗਾ ਜੇ ਤੁਹਾਡੀ ਇਨਕਮ ਹੈ ਚਾਹੇ ਤੁਸੀਂ ਰਿਟਾਇਰ ਹੋ ਚਾਹੇ ਜੋਬ ਕਰਦੇ ਹੋ ਉਹ ਖੇਤੀਬਾੜੀ ਬਿਜ਼ਨਸ ਕਰਦੇ ਹੋ ਤੁਹਾਡੀ ਪ੍ਰੋਫਾਈਲ ਬਹੁਤ ਮੈਟਰ ਕਰਦੀ ਹੈ ਜੇ ਤੁਹਾਡੀ ਪ੍ਰੋਫਾਈਲ ਵਧੀਆ ਹੈਗੀ ਹੈ ਸੋ ਤੁਹਾਡਾ ਵੀਜ਼ਾ ਜਿਹੜਾ ਹੈਗਾ ਉਹ ਲੱਗ ਸਕਦਾ ਹੈ ਜਤੈਨ ਕੋਚਰ ਦਾ ਅਗਲਾ ਕਮੈਂਟ ਹੈ ਲਿਖਦੇ ਨੇ ਟੂਰਿਸਟ ਵੀਜ਼ਾ ਕੈਨੇਡਾ ਅਪਲਾਈਡ ਫਾਈਲ 3 ਨਵੰਬਰ ਬਾਇਓਮੈਟ੍ਰਿਕ 10 ਨਵੰਬਰ ਇਟਸ ਬੀਨ 44 ਡੇਸ ਟੂ ਡੇ ਬਟ ਸਟੀਲ ਨੋ ਰਿਜ਼ਲਟ ਵੈਨ ਕੈਨ ਆਈ ਐਕਸਪੈਕਟ ਰਿਜ਼ਲਟ ਜਦਨ ਕੁਚਰ ਜੀ ਵੇਟ ਕੀਜੀਏ ਥੋੜਾ ਸਾ ਵੀ ਦਸੰਬਰ ਕਿਉਂਕਿ ਉਹ ਤੋਂ ਛੁੱਟੀਆਂ ਸ਼ੁਰੂ ਹੋ ਗਈਆਂ ਵੀ ਰਿਜ਼ਲਟ ਨਹੀਂ ਆਏਗਾ ਸੋ ਜਨਵਰੀ ਮੇ ਹੀ ਆਪਕਾ ਜੋ ਰਿਜ਼ਲਟ ਆਣੇ ਦੀ ਉਮੀਦ ਹੈ ਜੀਪੀ ਸ਼ਰਮਾ ਦਾ ਅਗਲਾ ਕਮੈਂਟ ਹੈ ਜੀਪੀ ਸ਼ਰਮਾ ਲਿਖਦੇ ਨੇ ਸਰ ਮਾਈ ਵਾਈਫ ਫਾਈਲ 13 ਨਵੰਬਰ ਡਨ 1 ਦਸੰਬਰ ਬਾਇਓਮੈਟ੍ਰਿਕ ਡਨ ਔਨ ਹੋਟਲ ਬੁਕਿੰਗ ਸਟਾਰਟ 23 ਦਸੰਬਰ ਟੂ 2 ਜਨਵਰੀ ਨਾਟ ਕਮ ਵਾਟ ਕੈਨ ਆਈ ਡੂ ਨਾਓ ਅ ਅਗੇ ਪ੍ਰਿਆ ਹਲਕ ਦਾ ਅਗਲਾ ਕਮੈਂਟ ਹੈ ਸੇਮ ਹੇਅਰ ਤੁਸੀਂ ਕੁਝ ਨਾ ਕਰੋ ਡੋਂਟ ਬੀ ਕੰਪਲਿਕੇਟਡ ਟੂ ਐਮਬੈਸੀ ਜਸਟ ਵੇਟ ਟਿਕਟ ਐਕਸਟੈਂਡ ਕਰਵਾ ਲਓ ਜੇਪੀ ਸ਼ਰਮਾ ਜੀ ਦੇਖੋ ਇਸ ਤਰ੍ਹਾਂ ਵੀ ਅ ਤੁਸੀਂ ਜਿਹੜਾ ਹੈਗਾ ਨਾ ਆਪਣੀ ਡੇਟ ਆਫ ਟ੍ਰੈਵਲ ਬਹੁਤ ਜਲਦੀ ਪਾਤੀ ਸੀ ਕਦੇ ਵੀ ਜਿਹੜੀ ਡੇਟ ਆਫ ਜਦੋਂ ਵੀ ਤੁਸੀਂ ਅਪਲਾਈ ਕਰਦੇ ਹੋ ਹੋਟਲ ਬੁਕਿੰਗ ਦੇ ਕਰਦੇ ਹੋ ਜਾਂ ਤੁਸੀਂ فرض ਕਰੋ ਸਪான்ਸਰ ਤੇ ਕਰਦੇ ਹੋ ਤਾਂ ਥੋੜੀ ਜਿਹੀ ਟ੍ਰੈਵਲ ਡੇਟ ਆ ਉਹ ਘੱਟੋ ਘੱਟ 3 ਮਹੀਨੇ ਬਾਅਦ ਹੀ ਹੋਣੀ ਚਾਹੀਦੀ ਹੈ ਕਿਉਂਕਿ ਅੱਜ ਕੱਲ ਦਾ ਟਾਈਮ ਹੈ ਕੁਝ ਨਹੀਂ ਪਤਾ ਕਦੋਂ ਟਾਈਮ ਐਕਸਟੈਂਡ ਹੋ ਜੇ ਕਦੋਂ ਲਾਕਡਾਊਨ ਲੱਗ ਜੇ ਕਦੋਂ ਕੋਈ ਪ੍ਰੋਬਲਮ ਆ ਜੇ ਸੋ ਅੱਜ ਦੇ ਟਾਈਮ ਦੇ ਵਿੱਚ ਜਿਹੜਾ ਵੀ ਕੋਈ ਮੇਰਾ ਦੋਸਤ ਫਾਈਲ ਅਪਲਾਈ ਕਰਨਾ ਚਾਹੁੰਦਾ ਹੈ ਉਹ ਇਸ ਚੀਜ਼ ਦਾ ਧਿਆਨ ਰੱਖੇ ਕਿ ट्रैवल ਡੇਟ ਘੱਟੋ ਘੱਟ ਤੁਹਾਡੀ 3 ਮਹੀਨੇ ਬਾਅਦ ਦੀ ਹੋਵੇ ਤਾਂ ਕਿ ਇਸ ਤਰ੍ਹਾਂ ਦੀਆਂ ਦਿੱਕਤਾਂ ਬਾਅਦ ਵੀ ਤੁਹਾਨੂੰ ਨਾ ਆਣ ਹੁਣ ਜੇ ਵੀ ਸ਼ਰਮਾ ਜੀ ਤੁਸੀਂ 13 ਨਵੰਬਰ ਨੂੰ ਫਾਈਲ ਲਾ ਰਹੇ ਹਾਂ 1 ਦਸੰਬਰ ਨੂੰ ਤੁਸੀਂ ਬਾਇਓਮੈਟ੍ਰਿਕ ਦੇ ਰਹੇ ਹੋ ਤੇ 23 ਦਸੰਬਰ ਤੁਹਾਡਾ ਟ੍ਰੈਵਲ ਡੇਟ ਹੈ ਹੋਟ ਪੋਸੀਬਲ ਤੁਸੀਂ ਆਪ ਦੇਖੋ ਨਾ 40 ਦਿਨ ਦਾ ਪ੍ਰੋਸੈਸ ਟਾਈਮ ਹੈ ਸੋ ਤੁਸੀਂ ਹੁਣ ਆਪਦੀ ਫਾਈਲ ਨੂੰ ਜਿਹੜਾ ਹੈਗਾ ਉਹ ਖਰਾਬ ਕਰ ਲਿਆ ਕਿਉਂਕਿ ਤੁਹਾਡਾ ਟ੍ਰੈਵਲ ਡੇਟ ਨਿਕਲ ਚੁੱਕੀ ਹੈ ਸੋ ਤੁਹਾਨੂੰ ਬਿਹਤਰ ਹੀ ਹੈ ਵੀ ਤੁਸੀਂ ਫਾਈਲ ਵਿਡਰਾ ਕਰੋ ਤੇ ਦੁਬਾਰੇ ਤੋਂ ਫਾਈਲ ਅਪਲੀ ਲਾਓ ਕੋਕਾ ਚਾਹਲ ਦਾ ਕਮੈਂਟ ਹੈ ਹੈਲੋ ਸਰ ਮੈਂ ਫਾਈਲ ਅਪਲਾਈ ਕੀਤੀ ਹੈ ਮੇਰਾ ਬੈਂਕ ਬੈਲ 6,50,000 ਹੈ ਤੇ 2 ਸਾਲ ਦੀ ਆਈਟੀਆਰ ਹੈ ਨਾਲ ਐਨਓਸੀ ਲੈਟਰ ਲਾਇਆ ਹੈ ਜੋਬ ਤੇ ਸਪੌਂਸਰਸ਼ਿਪ ਮੈਨੂੰ ਕੰਪਨੀ ਵੱਲੋਂ ਮੰਗਵਾ ਕੇ ਲਾਈ ਹੈ ਸਰ ਵੀਜ਼ੇ ਦੇ ਚਾਂਸਸ ਕਿੰਨੇ ਨੇ ਠੀਕ ਹੈ ਜੀ ਦੇਖੋ ਬ్రਦਰ ਵੀਜ਼ਾ ਚਾਂਸ ਤੁਹਾਡੀ ਪ੍ਰੋਫਾਈਲ ਤੇ ਡਿਪੈਂਡ ਕਰਦੇ ਨੇ ਜੇ ਤੁਹਾਡੀ ਪ੍ਰੋਫਾਈਲ ਵਧੀਆ ਹੈਗੀ ਹੈ ਤਾਂ ਤੁਸੀਂ ਜਿਹੜਾ ਹੈਗਾ ਆਪਦਾ ਅਪਲਾਈ ਕਰ ਸਕਦੇ ਹੈਗੇ ਹੋ ਤੁਹਾਡੀ ਡਿਪੈਂਡ ਕਰਦਾ ਹੈ ਕਿ ਤੁਹਾਡੀ ਪ੍ਰੋਫਾਈਲ ਕਿਵੇਂ ਦੀ ਹੈ ਹੁਣ ਜੇ ਤੁਹਾਡੀ ਪ੍ਰੋਫਾਈਲ ਚੰਗੀ ਹੈ ਚਾਂਸਸ ਜਿਹੜੇ ਤੁਹਾਡੇ ਨੇ ਉਹ ਐਨਓਸੀ ਨਾਲ ਨਹੀਂ ਬਣ ਜਾਂਦੇ ਜਾਂ ਸਪੌਂਸਰਸ਼ਿਪ ਨਾਲ ਨਹੀਂ ਬਣ ਜਾਂਦੇ ਚਾਂਸਸ ਜਿਹੜੇ ਬਣਦੇ ਨੇ ਉਹ ਤੁਹਾਡੀ ਪ੍ਰੋਫਾਈਲ ਤੇ ਬਣਦੇ ਯਾਨੀ ਕਿ ਤੁਹਾਡੀ ਇਨਕਮ ਦਾ ਸਾਧਨ ਵਧੀਆ ਹੋਣਾ ਚਾਹੀਦਾ ਹੈ ਤਾਂ ਹੀ ਜਿਹੜਾ ਤੁਹਾਡਾ ਉਹ ਵੀਜ਼ਾ ਆ ਸਕਦਾ ਹੈ ਮਨਦੀਪ ਸਿੰਘ ਥਿੰਦ ਵਿੰਗ ਕੀ ਲਿਖਦੇ ਨੇ ਸਰ ਮੈਂ ਪ੍ਰਾਈਵੇਟ ਜੌਬ ਕਰਦਾ ਹਾਂ ਮੇਰੀ ਸੈਲਰੀ 20000 ਹੈ ਆਈਟੀਆਰ 5 ਲੱਖ ਕੀ ਹੈ ਟੈਵਲੈਸ ਟ੍ਰੈਵਲ ਹਿਸਟਰੀ ਵੀ ਹੈ ਆਈਟੀਆਰ ਵਿੱਚ ਸਰ ਸੀਏ ਨੇ ਡੈਰੀ ਤੇ ਸ਼ਾਪ ਸ਼ੋ ਕੀਤੀ ਹੈ ਬਟ ਨਾ ਮੇਰੀ ਸ਼ਾਪ ਹੈ ਤੇ ਨਾ ਡੈਰੀ ਹੈ ਅਨ ਡੀਟੇਲ ਟੂ ਦ ਸੇਵ ਪਲੀਜ਼ ਯੂ ਸੇਵਿੰਗ ਕਾਉਂਟ ਵਿੱਚ ਹੋਰ ਪੈਸੇ ਕਿਦਾਂ ਸੇਵ ਕਰੀਏ ਦੇਖੋ ਜੇ ਤੁਹਾਡੇ ਕੋਲ ਕੋਈ ਕਾਗਜ਼ ਪੱਤਰ ਹੈਗੇ ਨੇ ਸ਼ਾਪ ਦੇ ਜਾਂ ਡੈਰੀ ਦੇ ਤਾਂ ਹੀ ਤੁਸੀਂ ਆਪਦੀ ਸ਼ਾਪ ਦਿਖਾ ਸਕਦੇ ਹੋ ਆਦਰਵਾਇਜ਼ ਕੀ ਹੋਏਗਾ ਕਿ ਤੁਸੀਂ ਜਦੋਂ ਫਾਈਲ ਅਪਲਾਈ ਕਰੋਗੇ ਉੱਥੇ ਤੁਸੀਂ ਕੋਈ ਸ਼ੋਰ ਦਿਖਾਉਂਗੇ ਤੁਹਾਡੀ ਆਈਟੀਆਰ ਕੁਝ ਹੋਰ ਬੋਲੇਗੀ ਸੋ ਚੀਜ਼ਾਂ ਜਿਹੜੀਆਂ ਉਹ ਪੋਸੀਬਲ ਨਹੀਂ ਹੁੰਦੀਆਂ ਠੀਕ ਹੈ ਸੋ ਤਾਂ ਕਰਕੇ ਤੁਸੀਂ ਆਪ ਦੀ ਜਿਹੜੀ ਆਈਟੀਆਰ ਨੂੰ ਸਹੀ ਕਰੋ ਜਾਂ ਫਿਰ ਤੁਸੀਂ ਆਪਦੀ ਸ਼ਾਪ ਅਤੇ ਆਪ ਦੀ ਡੈਰੀ ਫਾਰਮ ਰਜਿਸਟਰ ਕਰਵਾਓ ਮਿਸਟਰ ਜੱਟ ਦਾ ਅਗਲਾ ਕਮੈਂਟ ਹੈ ਲਿਖਦੇ ਨੇ ਸਰ ਮੈਂ ਵਿਡਰਾ ਕਰਕੇ ਫਰਵਰੀ 2022 ਚ ਲਾ ਸਕਦਾ ਫਿਰ ਸਪான்ਸਰ ਤੇ ਸਰ ਮੇਰੀ ਫਾਈਲ ਜੂਨ 2021 ਦੀ ਲੱਗੀ ਹੋਈ ਹੈ ਬਾਇਓਮੈਟ੍ਰਿਕ ਵੀ ਹੋਏ ਹੋਏ ਨੇ ਪਰਟ ਰਿਜ਼ਲਟ ਨਹੀਂ ਆਇਆ ਅਗਰ ਮੈਂ ਫਾਈਲ ਵਿਡਰਾ ਕਰਵਾ ਕੇ ਦੁਬਾਰਾ ਸਪான்ਸਰ ਮੰਗਵਾ ਲਮਾ ਮੰਗਵਾ ਲਮਾ ਅ ਮ ਸਕਦਾ ਹਾਂ ਕਿ ਫਾਈਲ ਤੇ ਕਿੰਨੇ ਮੰਥ ਬਾਅਦ ਲਾ ਸਕਦਾ ਕਿਸੇ ਹੋਰ ਰਿਸ਼ਤੇਦਾਰ ਨੇ ਭੇਜੀ ਸੀ ਤੇ ਹੁਣ ਨੈਕਸਟ ਕਿਸੇ ਹੋਰ ਰਿਸ਼ਤੇਦਾਰ ਤੋਂ ਮੰਗਵਾ ਦਮਾ ਐਡਾ ਕੋਈ ਪ੍ਰੋਬਲਮ ਤਾਂ ਨਹੀਂ ਐਡਾ ਦੀ ਕੋਈ ਪ੍ਰੋਬਲਮ ਨਹੀਂ ਜਦੋਂ ਤੁਸੀਂ ਫਾਈਲ ਵਿਡਰਾ ਕਰ ਲੈਂਦੇ ਹੋ ਤਾ ਥੋੜਾ ਜਿਹਾ ਰਿਕਾਰਡ ਹੈ ਉਹ ਵੀ ਵਿਡਰਾ ਮੈਸੇਜ ਚ ਹੋ ਜਾਂਦਾ ਸੋ ਫਾਈਲ ਵਿਡਰਾ ਕਰਾ ਕੇ ਤੁਸੀਂ ਦੁਬਾਰੇ ਕਦੇ ਵੀ ਆਪਦੀ ਫਾਈਲ ਜਿਹੜੀ ਹੈਗੀ ਹੈ ਉਹ ਲਾ ਸਕਦੇ ਹੋ ਵਿਡਰਾ ਦਾ ਮਤਲਬ ਇਹ ਹੁੰਦਾ ਕਿ ਮੈਂ ਆਪਦੀ ਫਾਈਲ ਜਿਹੜੀ ਹੈਗੀ ਮੈਂ ਹਟਾਰਿਆ ਮੈਨੂੰ ਵੀਜ਼ਾ ਦੀ ਲੋੜ ਨਹੀਂ ਸੋ ਥੋੜਾ ਜਿਹੜਾ ਫਿਰ ਜਿਹੜਾ ਤੁਹਾਡਾ ਰਿਕਾਰਡ ਹੁੰਦਾ ਉਹ ਮੈਸੇਜ ਦੇ ਵਿੱਚ ਨਹੀਂ ਜਾਂਦਾ ਸੋ ਕੋਈ ਦਿੱਕਤ ਵਾਲੀ ਗੱਲ ਨਹੀਂ ਜੇਕਰ ਤੁਸੀਂ ਪਹਿਲਾਂ ਕਿਸੇ ਹੋਰ ਥੋੜੇ ਰਿਸ਼ਤੇਦਾਰ ਦੇ ਸਪான்ਸਰ ਸੀ ਹੁਣ ਕਿਸੇ ਦੀ ਹੋਰ ਦੀ ਹੋ ਜੇ ਕੋਈ ਪ੍ਰੋਬਲਮ ਵਾਲੀ ਗੱਲ ਨਹੀਂ ਹੈਗੀ ਤੁਸੀਂ ਵਿਡਰਾ ਕਰਕੇ ਦੁਬਾਰਤੂ ਆਰਾਮ ਨਾਲ ਜਿਹੜੀ ਆਪਦੀ ਫਾਈਲ ਲਗਾ ਸਕਦੇ ਹੋ ਸੋ ਦੋਸਤੋ ਇਹ ਤੁਹਾਡੇ ਕਮੈਂਟ ਸੀ ਕਿ ਮੇਰੇ ਜਵਾਬ ਉਮੀਦ ਕਰਦਾ ਤੁਹਾਨੂੰ ਵਧੀਆ ਲੱਗੇ ਹੋਣਗੇ ਇਸ ਤਰ੍ਹਾਂ ਦੇ ਹੋਰ ਵੀਡੀਓ ਦੇਖਣ ਲਈ ਤੁਸੀਂ ਮੇਰਾ ਚੈਨਲ ਸਬਸਕ੍ਰਾਈਬ ਕਰ ਸਕਦੇ ਹੋ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ